वेलकम दोस्तों, लर्न बैटर चैनल से तुहाडा स्वागत है। अज जिहड़ी रिक्रूटमेंट की गल करन जा रहे हैं असीं, वो है एजुकेशन डिपार्टमेंट दे विच, डिपार्टमेंट ऑफ स्कूल एजुकेशन है। सो इहदे विच मास्टर कैडर दीआं जिहड़ियां ने 2300 दे अराउंड पोस्टां निकलीआं ने। इहदे विचों सब तों पहले नंबर ते जिहड़ी वैकेंसी है वह है इंग्लिश की। इंग्लिश दीआं जिहड़ियां ने बैकवर्ड एरिया दे विच 899 पोस्टां ने। इहदे बाद ने मैथ्स दीआं पोस्टां, मैथ्स दीआं जिहड़ियां ने 595 पोस्टां ने बैकलॉग दे विच, 518 पोस्टां ने साइंस दीआं बैकलॉग दे विच, ते 380 पोस्टां ने इंग्लिश दीआं बैकलॉग दे विच। सो एक कुल मिला के 2392 पोस्टां बनदियां ने जिहड़ियां मास्टर कैडर दे विच कढ़ियां ने। सो एक एक करके जिहड़ा इहनां दा नोटिस आ उह देख लैंदे आ। सो सब तों पहले नंबर ते आ 899 पोस्टां बॉर्डर एरिया दे विच इंग्लिश दीआं पोस्टां ने। सो इहनूं भरन दी जिहड़ी तरीक आ उह है 10/4/2021 तों लै के 1/5/2021 तक। सो 1/5 तक जिहड़ियां इह पोस्टां ने अप्लाई कीतियां जा सकदियां ने। वैबसाइट है दी educationrecruitmentboard.com। सो इसे वैबसाइट दे उपर ही अप्लाई करनियां ने। ਇਹਦੀ ਜਿਹੜੀ ਕੈਟੇਗਰੀ ਵਾਈਜ਼ ਡਿਵੀਜ਼ਨ ਹੈ ਉਹ ਇਹਨਾਂ ਨੇ ਦਿੱਤੀ ਹੈ। 33% ਜਿਹੜੀਆਂ ਪੋਸਟਾਂ ਨੇ ਉਹ ਵੂਮੈਨਸ ਵਾਸਤੇ ਰਿਜ਼ਰਵ ਨੇ। ਜਿਹੜੀ ਇਹਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਦਿੱਤੀ ਹੈ, ਵਿਦਿਅਕ ਯੋਗਤਾ ਦਿੱਤੀ ਹੈ, ਉਹਦੇ ਵਿੱਚ ਹੈ ਕਿ ਗ੍ਰੈਜੂਏਸ਼ਨ ਕੀਤੀ ਹੋਵੇ ਮਿਨੀਮਮ 45% ਨੰਬਰਾਂ ਦੇ ਨਾਲ ਜਨਰਲ ਕੈਟੇਗਰੀ ਵਾਸਤੇ। ਜੇ ਕੋਈ ਹੋਰ ਕੈਟੇਗਰੀ ਹੈ ਜਿਹਦੇ ਵਿੱਚ ਕਿ ਐਸਸੀਜ਼ ਆਉਂਦੇ ਨੇ, ਬੀਸੀਜ਼ ਆਉਂਦੇ ਨੇ ਜਾਂ ਫਿਜ਼ੀਕਲੀ ਹੈਂਡੀਕੈਪ ਨੇ, ਤਾਂ ਉਹਦੇ ਵਾਸਤੇ ਜਿਹੜੀ ਮਿਨੀਮਮ ਮਾਰਕਸ ਨੇ ਉਹ 40% ਰੱਖੇ ਗਏ ਨੇ ਗ੍ਰੈਜੂਏਸ਼ਨ ਦੇ ਵਿੱਚੋਂ। ਉਹਦੇ ਨਾਲ ਹੈ ਕਿ ਜਿਹੜੀ ਗ੍ਰੈਜੂਏਸ਼ਨ ਕੀਤੀ ਹੈ ਉਹਦੇ ਵਿੱਚ ਇੰਗਲਿਸ਼ ਦਾ ਜਿਹੜਾ ਸਬਜੈਕਟ ਹੈ ਉਹ 3 ਸਾਲ ਵਾਸਤੇ ਪੜ੍ਹਿਆ ਹੋਵੇ। ਸੋ ਇੰਗਲਿਸ਼ ਐਜ਼ ਇਲੈਕਟਿਵ ਜਿਹੜਾ ਸਬਜੈਕਟ ਹੈ ਉਹ 3 ਸਾਲ ਵਾਸਤੇ ਪੜ੍ਹਿਆ ਹੋਵੇ, ਜਾਂ ਉਹਨੇ ਜਿਹੜੀ ਗ੍ਰੈਜੂਏਸ਼ਨ ਹੈ ਉਹੀ ਇੰਗਲਿਸ਼ ਦੇ ਵਿੱਚ ਕੀਤੀ ਹੋਵੇ ਜਿਹਦੇ ਵਿੱਚ ਆ ਜਾਂਦੇ ਨੇ ਕੋਰਸਿਸ ਫੰਕਸ਼ਨਲ ਇੰਗਲਿਸ਼ ਆ, ਇੰਗਲਿਸ਼ ਲਿਟਰੇਚਰ ਆ, ਬੀ ਏ ਆਨਰਸ ਇੰਗਲਿਸ਼ ਦੇ ਵਿੱਚ, ਬੀ ਏ ਆਨਰਸ ਹੈ ਇੰਗਲਿਸ਼ ਇਨ ਗ੍ਰੈਜੂਏਸ਼ਨ ਔਰ ਇਟਸ ਇਕੁਇਲੈਂਟ, ਜਾਂ ਉਹਦੇ ਬਰਾਬਰ ਦੀ ਜਿਹੜੀ ਕੁਆਲੀਫਿਕੇਸ਼ਨ ਆ ਉਹ ਉਹਦੇ ਕੋਲ ਹੋਵੇ। ਉਹਦੇ ਨਾਲ ਕੀ ਆ ਬੀ ਐਡ ਜਿਹੜੀ ਉਹਨੇ ਕੀਤੀ ਹੋਵੇ, ਜਾਂ ਯੂ ਜੀ ਸੀ ਦੀਆਂ ਜਿਹੜੀਆਂ ਗਾਈਡਲਾਈਨਸ ਨੇ, ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀਆਂ ਜਿਹੜੀਆਂ ਗਾਈਡਲਾਈਨਸ ਨੇ, ਉਹਦੇ ਮੁਤਾਬਿਕ ਉਹਦੀ ਕੁਆਲੀਫਿਕੇਸ਼ਨ ਬਣਦੀ ਹੋਵੇ। ਸੋ ਇਹ ਜਿਹੜੀਆਂ ਕੁਆਲੀਫਿਕੇਸ਼ਨਸ ਨੇ ਇਹ ਇੰਗਲਿਸ਼ ਵਾਸਤੇ ਨੇ, 899 ਪੋਸਟਾਂ ਨੇ ਇੰਗਲਿਸ਼ ਦੀਆਂ। ਸੋ ਇੰਗਲਿਸ਼ ਵਾਸਤੇ ਇਹ ਮਿਨੀਮਮ ਕੁਆਲੀਫਿਕੇਸ਼ਨ ਰੱਖੀਆਂ ਗਈਆਂ ਨੇ। ਸੋ ਇਹਨਾਂ ਕੁਆਲੀਫਿਕੇਸ਼ਨ ਦੇ ਨਾਲ ਕੀ ਹੈ, ਜਿਹੜਾ ਪੰਜਾਬ ਨੇ ਟੈਟ ਦਾ ਟੈਸਟ ਲਿਆ ਆ, ਪੀ ਐਸ ਟੈਟ 2 ਜਿਹੜਾ ਆ ਉਹ ਵੀ ਜਿਹੜਾ ਆ ਪਾਸ ਕੀਤਾ ਹੋਵੇ। ਸੋ ਜੇਕਰ ਟੈਟ ਪਾਸ ਕੀਤਾ ਹੈ ਕਿਸੇ ਨੇ ਇਹ ਵਾਲੀਆਂ ਕੁਆਲੀਫਿਕੇਸ਼ਨ ਨੇ, ਤਾਂ ਹੀ ਜਿਹੜਾ ਕੈਂਡੀਡੇਟ ਆ ਉਹ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦਾ ਹੈ। ਚੋਣ ਵਿਧੀ ਹੈ ਕਿ ਚੋਣ ਵਿਧੀ ਦੇ ਵਿੱਚ ਇੱਕ ਟੈਸਟ ਲਿਆ ਜਾਏਗਾ 150 ਨੰਬਰਾਂ ਦਾ, ਜਿਹਦੇ ਬੇਸ ਤੇ ਮੈਰਿਟ ਬਣੇਗੀ। ਸੋ ਲਿਖਤੀ ਪ੍ਰੀਖਿਆ ਦੇ ਬੇਸ ਤੇ ਜਿਹੜੀ ਹੈ ਸਿਲੈਕਸ਼ਨ ਹੋਣੀ ਹੈ। ਜਿਹੜਾ ਦਾ ਪੇ ਸਕੇਲ ਆ ਉਹਦੇ ਵਿੱਚ ਸੈਂਟਰ ਦਾ ਜਿਹੜਾ ਸਕੇਲ ਆ ਉਹਦੇ ਵਿੱਚ ਇਨੀਸ਼ੀਅਲ ਪੇ ਜਿਹੜੀ ਹੈ 35,400 ਮਿਲਣੀ ਆ। ਸੋ ਪ੍ਰੋਬੇਸ਼ਨ ਪੀਰੀਅਡ ਦੇ ਵਿੱਚ 35,400 ਰੁਪਇਆ ਇਨੀਸ਼ੀਅਲ ਪੇ ਮਿਲੇਗੀ। ਉਮਰ ਸੀਮਾ ਜਿਹੜੀ ਆ ਉਹ 18 ਤੋਂ ਲੈ ਕੇ 37 ਸਾਲ ਤੱਕ ਦੀ ਆ ਜਨਰਲ ਵਾਸਤੇ। ਇਹਦੇ ਨਾਲ ਹੀ ਐਸਸੀਜ਼ ਤੇ ਬੀਸੀਜ਼ ਵਾਸਤੇ ਜਿਹੜੀ ਆ ਉਹ 5 ਸਾਲ ਦੀ ਛੋਟ ਹੈ, ਉਹ ਉਮਰ ਜਿਹੜੀ ਆ 42 ਸਾਲ ਬਣ ਜਾਂਦੀ ਹੈ। ਜਿਹੜੇ ਕੋਈ ਸਟੇਟ ਦੇ ਏਮਪਲੋਈ ਨੇ, ਸਟੇਟ ਗਵਰਨਮੈਂਟ ਦੇ ਏਮਪਲੋਈ ਨੇ ਜਾਂ ਸੈਂਟਰ ਗਵਰਨਮੈਂਟ ਦੇ ਏਮਪਲੋਈਜ਼ ਨੇ, ਉਹਨਾਂ ਨੂੰ 45 ਸਾਲ ਤੱਕ ਦੀ ਏਜ ਰਿਲੈਕਸੇਸ਼ਨ ਹੈ। ਹੋਰ ਵੀ ਜਿਹੜੀਆਂ ਕੈਟੇਗਰੀਜ਼ ਨੇ ਉਹਨਾਂ ਨੂੰ ਵੀ ਏਜ ਰਿਲੈਕਸੇਸ਼ਨ ਹੈ ਐਜ਼ ਪਰ ਰੂਲਸ। ਜਿਹੜੀ ਫੀਸ ਹੈ ਇਹਦੇ ਵਿੱਚ 1,000 ਰੁਪਏ ਜਾਂ 500 ਰੁਪਏ ਆ, ਸਾਬਕਾ ਸੈਨਿਕ ਵਾਸਤੇ ਕੋਈ ਫੀਸ ਨਹੀਂ ਹੈ। ਉਹਦੇ ਨਾਲ ਆਮ ਸ਼ਰਤਾਂ ਨੇ ਕਿ ਜਿਹੜਾ ਕੋਈ ਕੈਟੇਗਰੀ ਦਾ ਸਰਟੀਫਿਕੇਟ ਦਿੰਦਾ ਆ, ਐਸਸੀਜ਼ ਦਾ ਬੀਸੀ ਦਾ ਜਿਹੜਾ ਸਰਟੀਫਿਕੇਟ ਦਿੰਦਾ ਆ, ਉਹਦੀ ਜਿਹੜੀ ਸਕਰੂਟਨੀ ਆ ਉਹ ਇਹਨਾਂ ਵੱਲੋਂ ਕੀਤੀ ਜਾਏਗੀ। ਤੇ ਨਾਲ ਹੀ ਇਹ ਜਿਹੜੀ ਰਿਕਰੂਟਮੈਂਟ ਆ ਇਹ ਸਿਵਲ ਰਿਟ ਪਟੀਸ਼ਨ ਜਿਹੜੀ ਚੱਲ ਰਹੀ ਆ ਉਹਦੇ ਅੰਤਰਿਮ ਫੈਸਲੇ ਤੇ ਹੀ ਨਿਰਭਰ ਕਰਦੀ ਆ। ਜੇਕਰ ਕੋਰਟ ਕੋਈ ਫੈਸਲਾ ਦਿੰਦਾ ਹੈ ਹੱਕ ਦੇ ਵਿੱਚ ਤਾਂ ਹੀ ਇਹ ਸਟੇ ਕਰੇਗੀ, ਅਦਰਵਾਈਜ਼ ਇਹ ਜਿਹੜੀ ਰਿਕਰੂਟਮੈਂਟ ਆ ਇਹ ਕੈਨਸਲ ਵੀ ਕਰਨੀ ਪੈ ਸਕਦੀ ਆ। ਇਹਦੇ ਨਾਲ ਇੱਕ ਜ਼ਰੂਰੀ ਨੋਟ ਵੀ ਹੈ ਕਿ ਜਿਹੜੀਆਂ ਕੁਆਲੀਫਿਕੇਸ਼ਨਸ ਇੱਥੇ ਮੰਗੀਆਂ ਗਈਆਂ ਨੇ ਉਹ ਅਪਲਾਈ ਕਰਨ ਦੀ ਡੇਟ ਤੋਂ ਪਹਿਲਾਂ ਦੇ ਵਿੱਚ ਅਕਵਾਇਰ ਕੀਤੀਆਂ ਹੋਣ। ਸੋ ਇਹ ਨਹੀਂ ਹੈ ਕਿ ਕਿਸੇ ਨੇ ਅਪਲਾਈ ਕਰਨ ਤੋਂ ਬਾਅਦ ਕੋਈ ਕੁਆਲੀਫਿਕੇਸ਼ਨ ਅਕਵਾਇਰ ਕੀਤੀ ਹੋਵੇ। ਸੋ ਜਿਹੜੇ ਕਿ ਬੀਐਡ ਕਰ ਰਹੇ ਨੇ ਜਾਂ ਕੋਈ ਗ੍ਰੈਜੂਏਸ਼ਨ ਕਰ ਰਹੇ ਨੇ ਉਹ ਇੱਥੇ ਅਪਲਾਈ ਨਹੀਂ ਕਰ ਸਕਦੇ। ਸੋ ਇਹ ਜਿਹੜੀ ਸ਼ਰਤ ਹੈ ਇੱਥੇ ਕਿ ਆਲਰੇਡੀ ਜਿਹੜੀ ਪੋਜ਼ੈਸ ਕੀਤੀ ਹੋਵੇ ਉਹਨੇ ਕੁਆਲੀਫਿਕੇਸ਼ਨ, ਤਾਂ ਹੀ ਉਹ ਅਪਲਾਈ ਕਰ ਸਕਦਾ ਹੈ। ਬਾਕੀ ਇਹਨਾਂ ਨੇ ਆਨਲਾਈਨ ਅਪਲਾਈ ਕਰਨ ਦੀ ਵਿਧੀ ਦੱਸੀ ਆ ਕਿ ਕਿਸ ਤਰ੍ਹਾਂ ਅਪਲਾਈ ਕਰਨਾ ਹੈ, ਕਿਹੜੀ ਵੈਬਸਾਈਟ ਤੇ ਜਾ ਕੇ ਅਪਲਾਈ ਕਰਨਾ ਆ। ਸੋ ਇਹ ਸਾਰੀ ਵਿਧੀ ਜਿਹੜੀ ਹੈ ਇਹ ਨਾਰਮਲ ਹੈ ਕਿ ਪਹਿਲਾਂ ਰਜਿਸਟ੍ਰੇਸ਼ਨ ਕਰਨੀ ਹੈ, ਫਿਰ ਫੋਟੋ ਅਪਲੋਡ ਕਰਨੀ ਹੈ, ਫਿਰ ਉਹਦੀ ਫੀਸ ਦੀ ਕਨਫਰਮੇਸ਼ਨ ਹੋਣ ਤੋਂ ਬਾਅਦ ਤੁਸੀਂ ਪ੍ਰਿੰਟ ਆਊਟ ਕੱਢ ਕੇ ਆਪਣੇ ਕੋਲ ਰੱਖਣਾ ਆ। ਉਹਦੀ ਕੋਈ ਹਾਰਡ ਕਾਪੀ ਜਿਹੜੀ ਆ ਇਹਨਾਂ ਨੂੰ ਨਹੀਂ ਭੇਜਣੀ ਅਜੇ, ਉਹ ਜਦੋਂ ਮੰਗੀ ਜਾਏਗੀ ਉਸ ਟਾਈਮ ਤੇ ਭੇਜਣੀ ਹੈ। ਆਖਰ ਦੇ ਵਿੱਚ ਇਹਦੀ ਜਿਹੜੀ ਆ ਲਾਸਟ ਡੇਟ ਦਿੱਤੀ ਹੈ ਕਿ 1/5/2021 ਨੂੰ ਸ਼ਾਮ 5 ਵਜੇ ਤੋਂ ਪਹਿਲਾਂ ਇਹ ਜਿਹੜੀਆਂ ਐਪਲੀਕੇਸ਼ਨਾਂ ਨੇ ਤੁਸੀਂ ਆਨਲਾਈਨ ਸਬਮਿਟ ਕਰਨੀਆਂ ਨੇ। ਉਹਦੇ ਬਾਅਦ ਨੇ ਵੈਕੈਂਸੀਆਂ 595 ਨੇ, ਮੈਥਸ ਦੀਆਂ ਵੈਕੈਂਸੀਆਂ ਨੇ ਬੈਕਲੌਗ ਦੇ ਵਿੱਚ। ਸੋ ਇਹ ਵੀ ਬਾਰਡਰ ਏਰੀਆ ਦੀਆਂ ਹੀ ਨੇ। ਸੋ ਇਹਦੇ ਵਿੱਚ ਕੀ ਆ, ਸੋ ਜਿਹੜੀ ਡੇਟ ਹੈ ਅਪਲਾਈ ਕਰਨ ਦੀ ਉਹ ਸੇਮ ਹੀ ਆ, 10/4 ਤੋਂ ਲੈ ਕੇ 1/5 ਤੱਕ ਆ। ਸੋ ਜਿਹੜੀ ਕੈਟੇਗਰੀ ਵਾਈਜ਼ ਡਿਵੀਜ਼ਨ ਹੈ ਉਹ ਵੀ ਇਹਨਾਂ ਨੇ ਦਿੱਤੀ ਹੈ। ਜਿਹੜੀ ਇਹਦੇ ਵਿੱਚ ਕੁਆਲੀਫਿਕੇਸ਼ਨ ਹੈ ਉਹਦੇ ਵਿੱਚ ਥੋੜਾ ਜਿਹਾ ਫਰਕ ਹੋਏਗਾ, ਬਾਕੀ ਸਾਰੀਆਂ ਕੰਡੀਸ਼ਨਾਂ ਜਿਹੜੀਆਂ ਨੇ ਉਹ ਸਾਰਿਆਂ ਵਾਸਤੇ ਸੇਮ ਹੀ ਆ। ਚਾਰੇ ਮਾਸਟਰ ਕੈਡਰ ਦੀਆਂ ਜਿਹੜੀਆਂ ਪੋਸਟਾਂ ਨੇ, ਐਡਵਰਟਾਈਜ਼ਮੈਂਟ ਨੇ, ਚਾਰਾਂ ਵਾਸਤੇ ਸੇਮ ਹੀ ਹੋਣਗੀਆਂ। ਬਸ ਜਿਹੜੀ ਕੁਆਲੀਫਿਕੇਸ਼ਨ ਹੈ ਉਹਦੇ ਵਿੱਚ ਫਰਕ ਆਏਗਾ। ਮੈਥਸ ਵਾਸਤੇ ਜਿਹੜੀ ਕੁਆਲੀਫਿਕੇਸ਼ਨ ਹੈ ਉਹਦੇ ਵਿੱਚ ਇਹਨਾਂ ਨੇ ਕਿਹਾ ਆ ਕਿ ਗ੍ਰੈਜੂਏਸ਼ਨ ਜਿਹੜੀ ਹੈ ਜਨਰਲ ਵਾਸਤੇ 45% ਨੰਬਰਾਂ ਦੇ ਨਾਲ ਕੀਤੀ ਹੋਵੇ, ਤੇ ਜੇ ਕੋਈ ਕੈਟੇਗਰੀ ਹੈ ਤੇ ਉਹਨੇ 40% ਨੰਬਰਾਂ ਦੇ ਨਾਲ ਗ੍ਰੈਜੂਏਸ਼ਨ ਪਾਸ ਕੀਤੀ ਹੋਵੇ, ਤੇ ਜਿਹੜੀ ਗ੍ਰੈਜੂਏਸ਼ਨ ਹੈ ਉਹਦੇ ਵਿੱਚ 3 ਸਾਲ ਜਿਹੜਾ ਆ ਉਹ ਮੈਥਮੈਟਿਕਸ ਸਬਜੈਕਟ ਪੜ੍ਹਿਆ ਹੋਵੇ, ਤੇ ਉਹਦੇ ਨਾਲ ਬੀਐਡ ਕੀਤੀ ਹੋਵੇ ਜਾਂ ਯੂਜੀਸੀ ਦੇ ਅਕੋਰਡਿੰਗ ਜਿਹੜੀ ਹੈ ਕੁਆਲੀਫਿਕੇਸ਼ਨ ਉਹਦੀ ਹੋਣੀ ਚਾਹੀਦੀ ਆ। ਤੇ ਇਹਦੇ ਨਾਲ ਜਿਹੜਾ ਪੰਜਾਬ ਦਾ ਪੀਐਸ ਟੈਟ ਟੈਸਟ ਆ ਉਹ ਵੀ ਉਹਨੇ ਪਾਸ ਕੀਤਾ ਹੋਵੇ, ਪੀਐਸ ਟੈਟ 2।
ਸੋ ਇਹ ਜਿਹੜੀਆਂ ਕੁਆਲੀਫਿਕੇਸ਼ਨ ਨੇ ਇਹ ਮੈਥਸ ਵਾਸਤੇ ਚਾਹੀਦੀਆਂ ਨੇ, ਬਾਕੀ ਸਾਰੀਆਂ ਕੰਡੀਸ਼ਨ ਜਿਹੜੀਆਂ ਨੇ ਉਹ ਤਕਰੀਬਨ ਸੇਮ ਹੀ ਨੇ, ਆਨਲਾਈਨ ਅਪਲਾਈ ਕਰਨ ਦੀਆਂ ਨੇ, ਏਜ ਦੀਆਂ ਰਿਲੈਕਸੇਸ਼ਨ ਨੇ ਜਾਂ ਫੀਸ ਜਿਹੜੀ ਹੈ ਉਹ ਤਕਰੀਬਨ ਸੇਮ ਹੈ ਸਾਰਿਆਂ ਦੇ ਵਿੱਚ, ਜਿਹੜਾ ਫਰਕ ਹੈ ਸਿਰਫ ਕੁਆਲੀਫਿਕੇਸ਼ਨ ਦੇ ਵਿੱਚ ਆਉਂਦਾ ਆ। ਇਹਦੇ ਬਾਅਦ ਪੋਸਟਾਂ ਨੇ 518 ਪੋਸਟਾਂ ਨੇ ਬੈਕਲੌਗ ਦੇ ਵਿੱਚ ਸਾਇੰਸ ਦੀਆਂ, ਸੋ ਸਾਇੰਸ ਦੀਆਂ ਜਿਹੜੀਆਂ ਪੋਸਟਾਂ ਨੇ ਇਹ ਵੀ ਜਿਹੜੀ ਤਰੀਕ ਹੈ ਭਰਨ ਦੀ 10/4 ਤੋਂ ਲੈ ਕੇ 1/5 ਤੱਕ ਆ। ਇਹਦੀਆਂ ਜਿਹੜੀਆਂ ਕੈਟੇਗਰੀ ਵਾਈਜ਼ ਡਿਵੀਜ਼ਨ ਨੇ ਉਹ ਦਿੱਤੀਆਂ ਨੇ, ਜਿਹੜੀ ਸਾਇੰਸ ਵਾਸਤੇ ਐਜੂਕੇਸ਼ਨਲ ਕੁਆਲੀਫਿਕੇਸ਼ਨ ਚਾਹੀਦੀ ਆ ਉਹਦੇ ਵਿੱਚ ਇਹਦੇ ਫਰਕ ਆ ਕਿ ਸਾਇੰਸ ਜਿਹੜਾ ਹੈ ਨਾਨ ਮੈਡੀਕਲ ਆ, ਉਹਦੇ ਵਿੱਚ ਕੀ ਆ ਸ਼ੁੱਡ ਹੈਵ ਪਾਸਡ BSc ਵਿਦ 45% ਮਾਰਕਸ, ਜਿਹੜੀ ਜਨਰਲ ਕੈਟੇਗਰੀ ਆ ਉਹਨੇ BSc 45% ਮਾਰਕਸ ਨਾਲ ਕੀਤੀ ਹੋਵੇ, ਜਿਹੜੀ ਕੋਈ ਕੈਟੇਗਰੀ ਆ ਉਹਨੇ 40% ਨੰਬਰਾਂ ਦੇ ਨਾਲ BSc ਕੀਤੀ ਹੋਵੇ, ਜਿਹਦੇ ਵਿੱਚ ਕੀ ਹੈ ਕੋਈ ਦੋ ਸਬਜੈਕਟ ਨੇ ਜਿਹੜੇ ਇਹਨਾਂ ਦੇ ਵਿੱਚੋਂ ਪੜ੍ਹੇ ਹੋਣ, ਜਿਹੜੇ ਸਬਜੈਕਟ ਨੇ ਫਿਜ਼ਿਕਸ, ਕੈਮਿਸਟਰੀ ਜਾਂ ਮੈਥਮੈਟਿਕਸ, ਸੋ ਇਹਨਾਂ ਤਿੰਨਾਂ ਦੇ ਵਿੱਚੋਂ ਘੱਟੋ ਘੱਟ ਦੋ ਸਬਜੈਕਟ ਜਿਹੜੇ ਨੇ ਉਹ BSc ਦੇ ਵਿੱਚ ਪੜ੍ਹੇ ਹੋਣ, ਜਾਂ ਇੱਦਾਂ ਦੀ ਕੋਈ BSc ਤੋਂ ਇਲਾਵਾ ਇਕੁਇਲੈਂਟ ਕੁਆਲੀਫਿਕੇਸ਼ਨ ਬਣਦੀ ਹੈ ਤਾਂ ਉਹ ਇਹਨੂੰ ਅਪਲਾਈ ਕਰ ਸਕਦੇ ਨੇ। ਇਹਦੇ ਨਾਲ BEd ਹੋਣੀ ਚਾਹੀਦੀ ਹੈ ਜਾਂ UGC ਦੇ ਗਾਈਡਲਾਈਨ ਦੇ ਅਕੋਰਡਿੰਗ ਉਹਦੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਟੀਚਰ ਵਾਲੀ। ਸੈਕੰਡ ਆ ਦੇ ਵਿੱਚ ਸਾਇੰਸ ਜਿਹੜੇ ਮੈਡੀਕਲ ਨੇ, ਸੋ ਮੈਡੀਕਲ ਵਾਸਤੇ ਕੀ ਹੈ BSc ਕੀਤੀ ਹੋਵੇ 45% ਨੰਬਰਾਂ ਦੇ ਨਾਲ, ਜਨਰਲ ਕੈਟੇਗਰੀ ਨੂੰ ਜਿਹੜੀਆਂ ਬਾਕੀ ਕੈਟੇਗਰੀਜ਼ ਨੇ ਉਹਨਾਂ ਨੂੰ 40% ਨੰਬਰਾਂ ਦੇ ਨਾਲ BSc ਕੀਤੀ ਹੋਵੇ, ਜਿਹਦੇ ਵਿੱਚ ਕਿਹੜੇ ਸਬਜੈਕਟ ਨੇ ਬਾਇਓਲੋਜੀ, ਫਿਜ਼ਿਕਸ, ਕੈਮਿਸਟਰੀ, ਸੋ ਇਹਨਾਂ ਦੇ ਵਿੱਚੋਂ ਘੱਟੋ ਘੱਟ ਦੋ ਸਬਜੈਕਟ ਜਿਹੜੇ ਨੇ ਉਹ ਗ੍ਰੈਜੂਏਸ਼ਨ ਦੇ ਵਿੱਚ ਪੜ੍ਹੇ ਹੋਣ, ਜਾਂ ਜਿਹੜੀਆਂ ਕੁਆਲੀਫਿਕੇਸ਼ਨਸ ਦੇ ਨਾਲ ਉਹ ਦਿੱਤੀਆਂ ਨੇ ਕਿ BSc ਆਨਰਸ ਕੀਤੀ ਹੋਵੇ, BSc ਲਾਈਫ ਸਾਇੰਸ ਕੀਤੀ ਹੋਵੇ, BSc ਫਿਜ਼ੀਕਲ ਸਾਇੰਸ ਕੀਤੀ ਹੋਵੇ, BSc ਬਾਇਓਟੈਕਨੋਲੋਜੀ ਕੀਤੀ ਹੋਵੇ, BSc ਇੰਡਸਟਰੀਅਲ ਮਾਈਕਰੋਬਾਇਓਲੋਜੀ ਹੈ, BSc ਮਾਈਕਰੋਬਾਇਓਲੋਜੀ ਹੈ, ਬਾਇਓਫਿਜ਼ਿਕਸ ਆ, BSc ਫੂਡ ਟੈਕਨੋਲੋਜੀ ਹੈ, ਕੈਮਿਸਟਰੀ ਹੈ, ਇੰਡਸਟਰੀਅਲ ਕੈਮਿਸਟਰੀ ਹੈ, BSc ਫੂਡ ਸਾਇੰਸ ਹੈ, ਕੁਆਲਿਟੀ ਕੰਟਰੋਲ ਹੈ, ਮਾਈਕਰੋਬੀਅਲ ਫੂਡ ਟੈਕਨੋਲੋਜੀ ਹੈ, ਔਰ ਇਹਦੇ ਇਕੁਇਲੈਂਟ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਪਾਸ ਕੀਤੀ ਹੋਵੇ ਤੇ ਉਹਦੇ ਨਾਲ BEd ਕੀਤੀ ਹੋਵੇ ਜਾਂ UGC ਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਦੇ ਅਕੋਰਡਿੰਗ ਉਹਦੀ ਕੁਆਲੀਫਿਕੇਸ਼ਨ ਹੋਵੇ। ਤੇ ਇਹਨਾਂ ਦੇ ਨਾਲ ਕੀ ਹੈ PSTET ਜਿਹੜਾ ਟੈਸਟ ਹੈ ਉਹ ਪਾਸ ਕੀਤਾ ਹੋਵੇ, PSTET 2। ਉਹਦੇ ਬਾਅਦ ਨੇ 380 ਵੈਕੈਂਸੀਆਂ ਨੇ ਇੰਗਲਿਸ਼ ਦੀਆਂ ਬੈਕਲੌਗ ਦੇ ਵਿੱਚ, ਸੋ ਇੰਗਲਿਸ਼ ਵਾਸਤੇ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਦੇਖ ਲੈਂਦੇ ਹਾਂ, ਬਾਕੀ ਸਾਰਾ ਕੁਝ ਸੇਮ ਹੈ। ਇੰਗਲਿਸ਼ ਵਾਸਤੇ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਹੈ ਕਿ ਕੋਈ ਗ੍ਰੈਜੂਏਸ਼ਨ ਕੀਤੀ ਹੋਵੇ ਜਿਹਦੇ ਵਿੱਚ ਜਨਰਲ ਵਾਸਤੇ 45% ਆ ਤੇ ਕੈਟੇਗਰੀ ਵਾਸਤੇ 40% ਨੰਬਰ ਆ, ਜਿਹਦੇ ਵਿੱਚ 3 ਸਾਲ ਵਾਸਤੇ ਉਹਨੇ ਇੰਗਲਿਸ਼ ਜਿਹੜੀ ਉਹ ਪੜ੍ਹੀ ਹੋਵੇ, ਜਾਂ ਜਿਹੜੇ ਕੋਰਸਿਸ ਨੇ ਫੰਕਸ਼ਨਲ ਇੰਗਲਿਸ਼ ਹੈ, ਇੰਗਲਿਸ਼ ਲਿਟਰੇਚਰ ਹੈ, BA ਆਨਰਸ ਇੰਗਲਿਸ਼ ਹੈ, BA ਆਨਰਸ ਇੰਗਲਿਸ਼ ਇਨ ਗ੍ਰੈਜੂਏਸ਼ਨ ਹੈ, ਜਾਂ ਇਹਦੇ ਇਕੁਇਲੈਂਟ ਕੋਈ ਕੁਆਲੀਫਿਕੇਸ਼ਨ ਹੋਵੇ ਤੇ ਉਹਦੇ ਨਾਲ ਉਹਨੇ BEd ਕੀਤੀ ਹੋਵੇ ਜਾਂ UGC ਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਦੇ ਅਕੋਰਡਿੰਗ ਉਹਦੀ ਕੁਆਲੀਫਿਕੇਸ਼ਨ ਹੋਵੇ, ਤੇ ਪੰਜਾਬ ਦਾ ਜਿਹੜਾ PSTET 2 ਹੈ ਉਹ ਟੈਸਟ ਉਹਨੇ ਪਾਸ ਕੀਤਾ ਹੋਵੇ। ਸੋ ਇਹਨਾਂ ਚਾਰਾਂ ਐਡਵਰਟੀਜ਼ਮੈਂਟ ਦੇ ਵਿੱਚ ਜਿਹੜੀਆਂ ਕਿ ਮਾਸਟਰ ਕੈਡਰ ਦੀਆਂ ਨੇ, ਇਹਨਾਂ ਦੇ ਵਿੱਚ ਸਬਜੈਕਟ ਵਾਈਜ਼ ਜਿਹੜਾ ਆ ਕੁਆਲੀਫਿਕੇਸ਼ਨ ਦਾ ਹੀ ਫਰਕ ਹੈ, ਬਾਕੀ ਸਾਰੀ ਜਿਹੜੀ ਕੰਡੀਸ਼ਨਸ ਆ ਉਹ ਸੇਮ ਨੇ, ਕਿੱਦਾਂ ਅਪਲਾਈ ਕਰਨਾ ਹੈ, ਕਿੰਨੀ ਫੀਸ ਹੈ, ਕਿੰਨੀ ਏਜ ਕੁਆਲੀਫਿਕੇਸ਼ਨ ਆ, ਸਿਰਫ ਤੁਹਾਡੀ ਜਿਹੜੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਹੈ ਉਹਦੇ ਵਿੱਚ ਫਰਕ ਆਏਗਾ। ਸੋ ਜਿਨ੍ਹਾਂ ਦੀ ਵੀ ਇਹ ਕੁਆਲੀਫਿਕੇਸ਼ਨ ਬਣਦੀ ਹੈ ਉਹ ਇਹਨਾਂ ਨੂੰ ਜ਼ਰੂਰ ਅਪਲਾਈ ਕਰੋ, ਸਕੇਲ ਵੀ ਕਾਫੀ ਚੰਗਾ ਹੈ, 35,400 ਹੈ ਪ੍ਰੋਬੇਸ਼ਨ ਤੋਂ ਬਾਅਦ ਜਿਹੜੀ ਹੈ ਫੁੱਲ ਸਕੇਲ ਵੀ ਮਿਲੇਗਾ। ਸੋ ਕਾਫੀ ਚੰਗੀਆਂ ਪੋਸਟਾਂ ਨੇ, 2394 ਜਿਹੜੀਆਂ ਪੋਸਟਾਂ ਨੇ, ਇਹਨਾਂ ਦੇ ਵਿੱਚੋਂ ਤੁਸੀਂ ਜ਼ਰੂਰ ਅਪਲਾਈ ਕਰੋ ਜਿਹੜੀ ਵੀ ਤੁਹਾਡੀ ਕੁਆਲੀਫਿਕੇਸ਼ਨ ਬਣਦੀ ਹੈ, ਅਤੇ ਤੁਸੀਂ ਸਿਲੈਕਟ ਵੀ ਹੋ। ਆਲ ਦਾ ਬੈਸਟ ਸਾਰਿਆਂ ਨੂੰ, ਥੈਂਕ ਯੂ ਵੈਰੀ ਮੱਚ।